hello everyone here is your Car and welcome back to your favorite youtube channel earn money job so ਅਬਦੀ ਸਰਕਾਰ ਆ ਚੁੱਕੀ ਹੈ ਤੇ ਨਵੇਂ-ਨਵੇਂ ਵੈਕੈਂਸੀਜ਼ ਵੀ ਬੈਕ ਟੂ ਬੈਕ ਆ ਰਹੀਆਂ ਨੇ ਸੋ ਫਰੈਂਡਸ ਵੜਨਾ ਸ਼ੇਅਰ ਕਰਨ ਲੱਗਿਆ ਆਰਮੀ ਪਬਲਿਕ ਸਕੂਲ ਕਪੂਰਥਲਾ ਦੇ ਵੱਲੋਂ ਕੁਝ ਵੈਕੈਂਸੀਜ਼ ਆਈਆਂ ਨੇ ਸ਼ਾਰਟ ਦੇ ਵਿੱਚ ਵੈਰੀ ਸ਼ਾਰਟ ਵੀਡੀਓ ਦੇ ਵਿੱਚ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਹੀ ਆ ਵੈਕੈਂਸੀ ਨੇ ਫਰੈਂਡਸ ਸਭ ਤੋਂ ਪਹਿਲਾਂ ਹੈਗੀ ਹੈ ਹੈੱਡ ਕਲਰਕ ਦੀ ਸੋ ਇਹਦੇ ਵਿੱਚ ਜਿਹੜੀਆਂ ਕੁਆਲਿਫੀਕੇਸ਼ਨ ਹੈ ਤੁਹਾੜੇ ਕੋਲ ਇਸਐਮ ਕਲਰਕ ਕੈਟਾਗਰੀ ਦੀ ਹੋਣੀ ਚਾਹੀਦੀ ਹੈ ਅਪ ਟੂ ਏਜ ਆਫ 55 ইয়ারਸ ਤੇ 5 ਤੋਂ 10 ਸਾਲ ਦਾ ਐਕਸਪੀਰੀਐਂਸ ਹੋਣਾ ਚਾਹੀਦਾ ਵਾ ਆਫਿਸ ਮੈਨੇਜਮੈਂਟ ਅਕਾਊਂਟਸ ਦੇ ਵਿੱਚ ਨ ਸੋ ਇਹਦੇ ਵਿੱਚ ਵੀ ਤੁਹਾਡਾ ਕਮਰਸ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਜਾਂ ਫਿਰ 15 ইয়ার্স ਦਾ ایکسپੀਰੀਅנס ਹੋਣਾ ਚਾਹੀਦਾ ਐਜ਼ ਅ ਕਲਰਕ ਇਨ ધ ডিফেন্স ਸਰਵਿਸਿਜ਼ ਨਾਲ ਦੇ ਨਾਲ বেসিক ਕੰਪਿਊਟਰ ਐਪਲੀਕੇਸ਼ਨ ਕੋਰਸਿਸ ਜਿਹੜੇ ਨੇ ਕੋਰਸ ਉਹ ਤੁਹਾਡੇ ਕੋਲ ਹੋਣਾ ਚਾਹੀਦਾ ਮਿਨੀਮਮ 5 ইয়ার্স ਦਾ ایکسپੀਰੀਅנס ਤੇ বেসিক ਨੋਲੇਜ ਹੋਣੀ ਚਾਹੀਦੀ ਹੈ ਅਕਾਊਂਟਿੰਗ ਦੀ ਅਪ ਟੂ 55 ইয়ার্স ਆਫ এজ ਵਾਲੇ ਕਰਨਗੇ ਨੈਕਸਟ ਇਹ ਗੇ ਫ੍ਰੈਂਡਸ ਕਾਉਂਸਲਰ ਦੇ ਜਿੰਨੇ ਵੀ ਗ੍ਰੈਜੂਏਸ਼ਨ ਕੀਤੀ ਹੈ ਸਾਈਕੋਲੋਜੀ ਦੇ ਵਿੱਚ ਜਾਂ ਫਿਰ ਡਿਪਲੋਮਾ ਹੈਗਾ ਉਹ ਕੈਂਡੀਡੇਟਸ ਅਪਲਾਈ ਕਰ ਸਕਦੇ ਆ ਦੇ ਮਿਨੀਮਮ 3 ইয়ার্স ਐਜ਼ ਅ ਵੈਲਨੈਸ ਟੀਚਰ ਜਾਂ ਕ ਨੈਕਸਟ ਫ੍ਰੈਂਡਸ ਹੈਗੇ ਆ ਪੀਜੀਟੀ ਦੀ ਵੈਕੈਂਸੀ ਹੈਗੀ ਹੈ ਇੰਗਲਿਸ਼ ਸਬਜੈਕਟ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਤੇ ਬੀਐਡ ਵਾਲੇ ਕੈਂਡੀਡੇਟਸ ਅਪਲਾਈ ਕਰ ਸਕਦੇ ਹੈ ਟੀਜੀਟੀ ਦੀ ਵੈਕੈਂਸੀ ਹੈਗੀ ਹੈ ਸਾਇੰਸ ਕੰਪਿਊਟਰ ਸਾਇੰਸ ਉਹ ਵਾਲੇ ਕੈਂਡੀਡੇਟਸ ਪੀਆਰਟੀ ਦੀ ਹੈਗੀ ਹੈ ਇੰਗਲਿਸ਼ ਗ੍ਰੈਜੂਏਟ ਪੋਸਟ ਗ੍ਰੈਜੂਏਟ ਵਾਲੇ ਬੀਐਡ ਵਾਲੇ ਕੈਂਡੀਡੇਟਸ ਅਪਲਾਈ ਕਰ ਸਕਦੇ ਆ ਨੈਕਸਟ ਹੈਗੀ ਹੈ ਫ੍ਰੈਂਡ ਸਪੈਸ਼ਲ ਐਜੂਕੇਟਰ ਦੀ ਸੋ ਗ੍ਰੈਜੂਏਸ਼ਨ ਵਿਦ ਬੀਐਡ ਹੋਣ ਵਾਲੀ ਹੈ ਉਹ ਕੈਂਡੀਡੇਟਸ ਅਪਲਾਈ ਕਰ ਸਕਦੇ ਲਾਇਬ੍ਰੇਰੀਅਨ ਦੀ ਹੈਗੀ ਹੈ ਜਿੰਨੇ ਵੀ ਬੀ ਐਲਐਬ ਕੀਤੀ ਹੋਈ ਹੈ ਸਾਇੰਸ ਦੇ ਵਿੱਚ ਜਾਂ ਫਿਰ ਗ ਸਾਇੰਸ ਐਸ ਲੈਬ ਅਟੈਂਡੈਂਟ ਦੇ ਕੈਂਡੀਡੇਟਸ ਅਪਲਾਈ ਕਰ ਸਕਦੇ ਜਿਨ੍ਹਾਂ ਕੋ ਪਲੱਸ 2 ਹੈਗੀ ਵਿਦ ਸਾਇੰਸ ਐਂਡ ਕੰਪਿਊਟਰ ਲਿਟਰੇਟ ਦੇ ਨਾਲ ਐਕਟੀਵਿਟੀ ਟੀਚਰਸ ਦੀ ਵੈਕੈਂਸੀਜ਼ ਆਏ ਫਰੈਂਡਸ ਆਰਟ ਐਂਡ ਕ੍ਰਾਫਟ ਦੇ ਵਿੱਚ ਉਹ ਕੈਂਡੀਡੇਟਸ ਅਪਲਾਈ ਕਰ ਸਕਦੇ ਆ ਸੋ ਇਹਦੇ ਲਈ ਕੋਈ ਵੀ ਇਨਫੋਰਮੇਸ਼ਨ ਤੁਹਾਨੂੰ ਪੁੱਛਣੀ ਹੈ ਦ ਯੂ ਕੈਨ ਆਸਕ ਮੀ ਇਨ ਦਾ ਕਮੈਂਟ ਬਾਕਸ ਉਹਦੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਕਿਸ ਤਰੀਕੇ ਦੇ ਨਾਲ ਤੁਸੀਂ ਫਰਦਰ ਕੀ ਕੀ ਕਰਨਾ ਹੈ ਅਦਰਵਾਈਜ਼ ਨਾ ਦੀ ਵੈਬਸਾਈਟ ਦੇ ਉੱਪਰ ਜਾ ਕੇ ਤੁਸੀਂ ਫਾਰਮ ਵੀ ਫਿਲ ਕਰ ਸਕਦੇ ਹੋ ਇਹਨਾਂ ਦਾ ਸੋ ਫਰੈਂਡ ਥਿਸ ਵਾਸ 올 ਅਬਾਊਟ ਟੁਡੇਸ ਵੀਡੀਓ ਜੇ ਕੁਝ ਨਹੀਂ ਪਤਾ ਲੱਗਾ ਤਾਂ ਆਸਕ ਮੀ ਇਨ ਦਾ ਕਮੈਂਟ ਬਾਕਸ ਟੀਲ ਦੈਨ ਟੇਕ ਕੇਅਰ ਐਂਡ ਸਟੇ ਟਿਊਨਡ ਵਿਦ ਯੋਰ ਰੀਤ ਕੌਰ ਔਰ ਔਰ ਯੋਰ ਫੇਵਰਿਟ